ਤੇ ਮੁੱਦਾ ਉਹੀ ਹੈ ਜਿੱਥੇ ਇੱਥੇ ਆ ਕੇ ਦੋ ਤਰ੍ਹਾਂ ਇੱਥੇ ਆਹਦੇ ਨਾਲ ਕੀਤਾ ਦਿੱਤਾ ਗਿਆ ਕਿ ਅਸੀਂ ਉਹ ਕਬੂਲਨਾਮਾ ਜਿਹਨੂੰ ਆਪਾਂ ਕਹਿੰਦੇ ਹਾਂ ਅਕਾਲੀ ਦਲ ਦੇ ਬਾਦਲ ਗਰੁੱਪ ਵਿੱਚੋਂ ਇੱਕ ਧੜੇ ਵੱਲੋਂ। ਉਸ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਨੂੰ ਇੱਥੇ ਬੁਲਾਇਆ ਗਿਆ, ਉਹਦਾ ਲਿਖਤੀ ਸਪਸ਼ਟੀਕਰਨ ਮੰਗਿਆ ਗਿਆ ਅਤੇ ਪੰਥ ਪੂਰਾ ਸੰਸਾਰ ਵਿੱਚ ਵੱਸਦੇ ਸਿੱਖ ਜਿਹੜੇ ਨੇ ਇਹ ਸਾਰੇ ਘਟਨਾਕ੍ਰਮ ਨੂੰ ਬੜੀ ਨੀਝ ਲਾ ਕੇ ਦੇਖ ਰਹੇ ਹਨ ਕਿ ਮਸਲਾ ਧੜਿਆਂ ਦਾ ਨਹੀਂ, ਮਸਲਾ ਪੰਥ ਦਾ ਹੈ ਅਤੇ ਪੰਥ ਦਾ ਮਸਲਾ ਪੰਥ ਦੀ ਜੁਗਤ ਵਿੱਚ ਹੱਲ ਹੋਣਾ ਚਾਹੀਦਾ ਹੈ ਅਤੇ ਜਿਹੜੇ ਗੁਨਾਹ ਕੀਤੇ ਨੇ ਇਹ ਮਾਫੀ ਯੋਗ ਨਹੀਂ ਹਨ। ਇਹਦੇ ਵਾਸਤੇ ਜੋ ਵੀ ਨਿਰਣਾ ਹੋਵੇ ਖਾਲਸਾ ਪੰਥ ਦੀਆਂ ਭਾਵਨਾ ਦੇ ਮੁਤਾਬਕ ਹੋਣਾ ਚਾਹੀਦਾ। ਅੱਜ ਇਹ ਸੰਸਥਾਵਾਂ ਰਲ ਕੇ ਆਪਣੀ ਜਿਹੜੀ ਗੱਲ ਹੈ ਜਿਸ ਦਰ ਅਕਾਲ ਤਖ਼ਤ ਤਖ਼ਤ ਪਹੁੰਚਾਈਏ, ਉਹਨਾਂ ਸਾਡੀ ਗੱਲ ਨੂੰ ਸੁਣੇ ਅਤੇ ਵਿਸ਼ਵਾਸ ਦਵਾਏ ਕਿ ਅਸੀਂ ਜੋ ਸਾਡੀ ਪ੍ਰਾਚੀਨ ਪੰਥਕ ਜੁਗਤ ਹੈ ਉਹਦੇ ਮੁਤਾਬਕ ਨਿਰਣਾ ਜਿਹੜਾ ਹੈ ਆਉਣ ਵਾਲੇ ਸਮੇਂ 'ਚ ਲਵਾਂਗੇ। ਕੁਝ ਦਿਨਾਂ ਤੋਂ ਇਹ ਸਾਰਾ ਕੁਝ ਜਿਹੜਾ ਇੱਕ ਪਰਿਵਾਰ ਔਰ ਇੱਕ ਪਾਰਟੀ ਦੇ ਆਲੇ ਦੁਆਲੇ ਘੁੰਮ ਰਿਹਾ, ਪਰ ਤੁਹਾਨੂੰ ਨਹੀਂ ਲੱਗਦਾ ਕਿ ਉਸ ਵੇਲੇ ਜਿਹੜਾ ਵੀ ਜ਼ਿੰਮੇਵਾਰ ਸੀ ਭਾਵੇਂ ਉਹ ਪੰਥਕ ਅਹੁਦੇ 'ਤੇ ਸੀ ਚਾਹੇ ਉਹ ਸਿਆਸੀ ਅਹੁਦੇ 'ਤੇ ਸੀ, ਉਹਨਾਂ ਨੂੰ ਵੀ ਜਵਾਬਦੇਹੀ ਬਣਾਉਣੀ? ਨਹੀਂ, ਸਾਰੇ ਜਵਾਬਦੇਹ ਹੈ ਜੀ। ਜਿਨ੍ਹਾਂ ਲੋਕਾਂ 'ਚ ਭਾਵੇਂ ਧਾਰਮਿਕ ਪਦਵੀ 'ਤੇ ਬੈਠੇ ਸਨ, ਭਾਵੇਂ ਸਿਆਸੀ ਪਦਵੀ 'ਤੇ ਬੈਠੇ ਨੇ, ਜੋ ਵੀ ਕੌਮ ਦੀਆਂ ਜ਼ਿੰਮੇਵਾਰੀਆਂ ਤੋਂ ਬਾਗੀ ਹੁੰਦੇ ਨੇ ਜਾਂ ਪਛਾੜਦੇ ਨੇ, ਕੌਮ ਸਾਰਿਆਂ ਕੋਲ ਜਵਾਬ ਮੰਗਦੀ ਹੈ। ਕਿਸੇ ਕੋ ਨਹੀਂ ਜਵਾਬਦੇਹ ਅਤੇ ਇਕੱਲੇ ਇਕੱਲੇ ਬੰਦੇ ਨੂੰ ਜਿਹੜਾ ਹੋਣਾ ਪੈਂਦਾ ਪੰਥ ਦੇ ਅੱਗੇ। ਇਸ ਕਰਕੇ ਜਿਹੜਾ ਬੜਾ ਸਪਸ਼ਟ ਸਾਰਿਆਂ ਦੀ ਭਾਵਨਾ ਹੈ ਗੱਲ ਮਸਲਾ, ਕੋਈ ਇੱਕਦਮ ਲੋਕ ਕੁਚੁੱਪ ਨਹੀਂ ਹੈਗੇ। ਸੰਸਾਰ ਵਿੱਚ ਵੱਸਦਾ ਸਿੱਖ ਪੂਰੀ ਤਰ੍ਹਾਂ ਜਾਗਰੂਕ ਹੈ ਅਤੇ ਆਪਣੀਆਂ ਭਾਵਨਾ ਦਾ ਪ੍ਰਗਟਾਵਾ ਕਿਸੇ ਨਾ ਕਿਸੇ ਢੰਗ ਨਾਲ ਕਰ ਰਿਹਾ। ਅਸੀਂ ਮੰਗ ਕੀਤੀ ਹੈ ਕਿ ਪੰਥਕ ਜੁਗਤ ਵਿੱਚ ਇਹਦਾ ਨਿਰਣਾ ਹੋਣਾ ਚਾਹੀਦਾ ਅਤੇ ਜੋ ਇਹਦੇ ਇਹ ਨਹੀਂ ਰਵਾਇਤੀ ਤਨਖਾਹ ਲਾ ਕੇ ਗੁਜ਼ਾਰਾ ਨਹੀਂ ਹੋਏਗਾ। ਇਹਦੇ ਵਾਸਤੇ ਜੋ ਵੀ ਪੰਥ ਦੀਆਂ ਜਥੇਬੰਦੀਆਂ ਦੇ ਨੁਮਾਇੰਦੇ ਇਕੱਠੇ ਕਰਕੇ ਉਹਨਾਂ ਵੱਲੋਂ ਜੋ ਕੌਮੀ ਤੌਰ 'ਤੇ ਵਿਚਾਰਧਾਰਾ ਹੈ ਸਾਹਮਣੇ ਆਈ, ਖੁਦ ਇੱਕ ਤਖ਼ਤ ਦੇ ਜਥੇਦਾਰ ਰਹਿ ਚੁੱਕੇ ਹੋ, ਕੋਈ ਐਸਾ ਹੁਣ ਤੱਕ ਇਤਿਹਾਸ ਦੇ ਵਿੱਚ ਕੋਈ ਫੈਸਲਾ ਜਿਹੜਾ ਮਿਸਾਲੀ ਫੈਸਲੇ ਦੀ ਗੱਲ ਕਹੀ ਜਾ ਰਹੀ, ਹਰ ਜਗ੍ਹਾ 'ਤੇ ਚਰਚਾ ਹੋ ਰਹੀ, ਮਿਸਾਲੀ ਕੋਈ ਤਨਖਾਹ, ਮਿਸਾਲੀ ਸਜ਼ਾ, ਕਿੱਦਾਂ? ਮਿਸਾਲੀ ਤੁਹਾਡੇ ਸਾਹਮਣੇ ਤੁਸੀਂ ਦੇਖੋ, ਜਦੋਂ ਅਸੀਂ ਇੱਥੇ ਨਿਰੰਕਾਰੀ ਕਾਂਡ ਹੁੰਦਾ ਅਤੇ ਨਿਰੰਕਾਰੀ ਕਾਂਡ ਵੇਲੇ ਜੋ ਸਾਡਾ ਮਤਾ ਹੋਇਆ, ਮਤਾ ਪੰਥ ਦੇ ਵਿਦਵਾਨਾਂ ਨੇ ਸੰਗਤ ਦੇ ਨੁਮਾਇੰਦਿਆਂ ਨੇ ਰਲ ਕੇ ਕੀਤਾ ਸੀ, ਤਾਂ ਉਹਨੂੰ ਜਥੇਦਾਰ ਅਕਾਲ ਤਖ਼ਤ ਤੋਂ ਅਨਾਊਂਸ ਕੀਤਾ ਗਿਆ ਸੀ। ਹੋਰ ਇਸ ਤਰ੍ਹਾਂ ਬਹੁਤ ਸਾਰੇ ਮਸਲੇ ਇੱਥੇ ਆਉਂਦੇ ਨੇ ਜਿਹੜੇ ਇੱਥੇ ਤਾਂ ਸਲਾਹਕਾਰ ਕਮੇਟੀ ਪਹਿਲਾਂ ਵੀ ਰਹੀ ਹੈ, ਅਕਾਲ ਤਖ਼ਤ ਸਾਹਿਬ ਅਤੇ ਧਰਮ ਪ੍ਰਚਾਰ ਕਮੇਟੀ ਰਹੀ ਹੈ, ਉਹਨਾਂ ਵਿੱਚ ਬਹਿ ਕੇ ਨਿਰਣੇ ਹੁੰਦੇ ਰਹੇ ਨੇ। ਐਸੀ ਕੋਈ ਨਵੀਂ ਗੱਲ ਨਹੀਂ ਕੀਤੀ ਜਾ ਰਹੀ, ਜੋ ਸਾਡੀ ਪੁਰਾਣੀ ਸਾਡੀ ਪਰੰਪਰਾ ਹੈ, ਮਰਜ਼ਾਦਾ ਹੈ, ਉਹਦੇ ਦੀ ਬਹਾਲੀ ਵਾਸਤੇ ਸਾਰਿਆਂ ਨੇ ਆਵਾਜ਼ ਜਿਹੜੀ ਬੁਲੰਦ ਕੀਤੀ। ਨਹੀਂ ਸੀ ਕੰਮ, ਵਿਸ਼ਵਾਸ ਕਰਨਾ ਚਾਹੀਦਾ ਜੀ। ਜਦੋਂ ਜਿਹੜੀ ਗੱਲ ਜਦੋਂ ਪੰਥ ਕਹਿ ਰਹੇ ਹੈ ਕਿ ਸਾਡੀਆਂ ਭਾਵਨਾ ਤੋਂ ਬਗੈਰ ਫੈਸਲਾ ਨਹੀਂ ਹੋਣਾ ਚਾਹੀਦਾ, ਤਾਂ ਅਸੀਂ ਫਿਰ ਪੰਥ ਦੀ ਮਰਜ਼ੀ ਮੁਤਾਬਕ ਕਰਨਾ ਜ਼ਰੂਰੀ ਹੁੰਦਾ ਜੀ। ਉਹਦੇ ਵਾਸਤੇ ਲਾਜ਼ਮੀ ਹੋ ਜਾਂਦਾ ਕਿ ਜੋ ਪੰਥ ਕਹਿ ਰਹੇ ਹੈ, ਸੰਗਤ ਕਹਿ ਰਹੀ, ਉਹਦੀਆਂ ਭਾਵਨਾਵਾਂ ਦੀ ਤਰਜਮਾਨੀ ਕੀਤੀ ਜਾ ਸਕੇ। ਮੁੱਦਾ ਮੇਨ ਇਹ ਹੈ ਕਿ ਜਥੇਬੰਦੀਆਂ ਜਿਹੜੀਆਂ ਪੰਥ ਦੀਆਂ ਸਾਰੀਆਂ ਨੇ, ਉਹਨਾਂ ਦੇ ਇੱਕ ਇੱਕ ਨੁਮਾਇੰਦੇ ਨੂੰ ਜਿਹੜਾ ਇੱਥੇ ਬੁਲਾ ਕੇ ਸੁਣਿਆ ਜਾਵੇ, ਉਹਦੇ ਉਹਨਾਂ 'ਚ ਬੈਠ ਕੇ ਜਿਹੜਾ ਉਹ ਫੈਸਲਾ ਲਿੱਤਾ ਜਾਣਾ ਚਾਹੀਦਾ। ਦੂਜੀ ਗੱਲ ਹੈ ਕਿ ਗਵਾਹੀ ਦੀ ਤਾਂ ਲੋੜ ਨਹੀਂ ਬਾਹਰੋਂ, ਕਿਉਂਕਿ ਹਾਲੇ ਤੱਕ ਜਦੋਂ ਜਿਹੜਾ ਸੁਖਬੀਰ ਬਾਦਲ ਹੋਰਾਂ ਵੱਲੋਂ ਇੱਥੇ ਆਉਂਦਾ ਅਤੇ ਉਹ ਕਹਿੰਦੇ ਜੀ ਸਾਰਾ ਕੁਝ ਮੇਰੀ ਝੋਲੀ ਪਾ ਦਿਓ, ਇੱਕ ਇੱਕ ਗੁਨਾਹ ਦੀ ਫਹਿਰਿਸਤ ਬਣੀ ਹੋਈ ਹੈ ਪੰਥ ਦੀ ਕਚਹਿਰੀ 'ਚ ਹੈ, ਜਿਹਨੂੰ ਗੁਰਮੁਖ ਸਿੰਘ ਹੋਰਾਂ ਨੇ ਇਹ ਗੱਲ ਪਹਿਲੇ ਪਬਲਿਕ ਡੋਮੇਨ 'ਚ ਕਹਿ ਦਿੱਤੀ ਹੋਈ ਹੈ ਕਿ ਸਾਨੂੰ ਘਰ ਬੁਲਾਇਆ ਗਿਆ। ਫਿਰ ਇਹੀ ਗੱਲ ਪ੍ਰਗਟ ਸਿੰਘ MLA ਕਾ ਦੱਸ ਰਿਹਾ ਕਿ ਫੈਸਲਾ ਹੋਣ ਤੋਂ ਪਹਿਲੇ ਉਹ ਕਹਿ ਰਿਹਾ। ਫਿਰ ਦਿੱਲੀ ਕਮੇਟੀ ਸਾਰੀ ਇੱਥੇ ਆਉਂਦੀ ਹੈ ਅਤੇ ਆ ਕੇ ਕਹਿੰਦੀ ਜੀ ਫੈਸਲਾ ਬਹੁਤ ਵਧੀਆ। ਫਿਰ ਸਾਰਾ ਜਰਨਲ ਹਾਊਸ ਨੂੰ ਜਿਹੜਾ ਉਹ ਮਤਾ ਮਨਵਾਇਆ ਜਾਂਦਾ ਕਿ ਫਿਰ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਜਾਂਦੇ ਆ। ਇਹਦਾ ਮਤਲਬ ਹੈ ਕਿ ਦੋਸ਼ੀਆਂ ਦਾ ਦਾਇਰਾ ਬਹੁਤ ਵੱਡਾ ਹੈ ਅਤੇ ਸਾਰਿਆਂ ਨੂੰ ਜਿਹੜਾ ਉਹ ਇੱਥੇ ਹਾਜ਼ਰ ਕਰਨਾ ਚਾਹੀਦਾ।
ਤੇ ਸਾਰਿਆਂ ਤੋਂ ਜਿਹੜੀ ਹੈ ਉਹ ਕੌਮੀ ਭਾਵਨਾ, ਜਿੱਦਾਂ ਸਿੰਘ ਸਾਹਿਬ ਜੀ ਨੇ ਕਿਹਾ ਕਿ ਇਹ ਫੈਸਲਾ ਹੁਣ ਇਕੱਲੇ ਅੰਦਰ ਬੈਠ ਕੇ ਨਹੀਂ ਹੋਣ ਵਾਲਾ, ਇਹ ਪੰਥ ਦੀ ਕਚਹਿਰੀ 'ਚ ਖੁੱਲ੍ਹੇ ਆਮ ਪੰਥ ਦੇ ਨੁਮਾਇੰਦਿਆਂ 'ਚ ਹੋਏਗਾ। ਬਿਲਕੁਲ ਜੀ, ਕਿਉਂਕਿ ਜਿਹੜੇ ਇੱਥੇ ਕਬੂਲ ਕਰਕੇ ਗਏ ਨੇ ਉਹ ਤਾਂ ਨਾਲ ਬਰਾਬਰ ਦੇ ਦੋਸ਼ੀ ਨੇ, ਕਿਉਂਕਿ ਮੈਂ ਕੋਈ ਸਿਆਸੀ ਗੱਲ ਨਹੀਂ ਕਰ ਰਿਹਾ। ਤੁਸੀਂ ਮੈਨੂੰ ਦੱਸੋ, ਸਰ ਸੁਖਦੇਵ ਸਿੰਘ ਢੀਂਡਸਾ, ਬੀਬੀ ਜਗੀਰ ਕੌਰ, ਕੁਲਦੀਪ ਸਿੰਘ ਵਡਾਲਾ, ਇਹ ਜਿੰਨੇ ਬਾਕੀ ਸਾਰੇ ਨਾਂ ਨੇ, ਹਨਾ, ਉਦਣ ਬਹੁਤ ਸਾਰੇ ਚਿੱਠੀਆਂ, ਬਾਕੀ ਗਿਆਨੀ ਗੁਰਬਚਨ ਸਿੰਘ, ਗੁਰਮੁਖ ਸਿੰਘ ਹੁਰੀ, ਇਕਬਾਲ ਸਿੰਘ ਉਸ ਵੇਲੇ ਦਾ ਪਟਨਾ ਸਾਹਿਬ ਦਾ ਜਥੇਦਾਰ, ਉਸ ਵੇਲੇ ਦਾ ਹਜ਼ੂਰ ਸਾਹਿਬ ਤੋਂ ਆਇਆ ਸਾਥੀ ਜਿਹੜਾ ਇੱਥੇ ਇਹਨਾਂ ਦਾ ਬੈਠਾ ਸੀ, ਮੈਨੂੰ ਉਹਦਾ ਨਾਂ ਨਹੀਂ ਪਤਾ, ਠੀਕ ਹੈ ਜੀ। ਇਹ ਸਾਰੇ ਜ਼ਿੰਮੇਵਾਰ ਨੇ ਅਤੇ ਉਸ ਵੇਲੇ ਦੀ ਐਗਜ਼ੈਕਟਿਵ 'ਚ ਸੁਖਦੇਵ ਸਿੰਘ ਭੌਰ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਉਹਦੀ ਪ੍ਰੋੜਤਾ ਕੀਤੀ, ਜਨਰਲ ਹਾਊਸ ਨੇ ਪ੍ਰੋੜਤਾ ਕੀਤੀ, ਉਹ ਸਾਰੇ ਹੀ ਦੋਸ਼ੀ ਨੇ, ਕਿਉਂਕਿ ਉਦੋਂ ਜੇ ਸਾਰੇ ਅੱਜ ਨਿਤਰੇ ਨੇ ਇਹ ਉਦੋਂ ਨਿਤਰਦੇ, ਅਤੇ ਸ਼ਾਇਦ ਜਿਹੜੀਆਂ ਉਸ ਤੋਂ ਬਾਅਦ ਰਸਾਤਲ ਵੱਲ ਗੱਲ ਕਹੀ ਹੈ। ਵੇਖੋ, ਗੱਲ ਸਿਰਫ ਕੋਟਕਪੂਰੇ ਅਤੇ ਬਹਿਬਲ ਕਲਾਂ ਨਹੀਂ ਸੀ ਮੁੱਕੀ, ਉਸ ਤੋਂ ਬਾਅਦ ਆਦਮਪੁਰ ਪਰਚੇ ਹੋਏ ਨੌਜਵਾਨਾਂ 'ਤੇ, ਉਸ ਤੋਂ ਬਾਅਦ ਜਿਹੜਾ ਕਪੂਰਥਲੇ ਪਰਚੇ ਹੁੰਦੇ ਨੇ, ਸਾਰੇ ਪੰਜਾਬ 'ਚ ਫੜੋ ਫੜਾਈ ਹੁੰਦੀ ਹੈ ਨੌਜਵਾਨਾਂ ਦੀ। ਉਹ ਕਿਹਦੀ ਸਰਕਾਰ 'ਚ ਹੋ ਰਹੀ ਸੀ ਜੀ? ਕੌਣ ਇਹ ਗੱਲ ਕਹਿ ਰਹੇ ਸੀ ਬਾਰ ਬਾਰ ਕਿ ਜੀ ਨਹੀਂ, ਕੋਈ ਨਹੀਂ ਨਹੀਂ ਕੋਈ ਸੁਰਖਰੂ ਨਹੀਂ ਗਿਆ ਜੀ। ਸਜ਼ਾ ਤਾਂ ਸਾਰਿਆਂ ਦੀ ਬਰਾਬਰ ਹੋਣੀ ਚਾਹੀਦੀ ਹੈ, ਕਿਉਂਕਿ ਇਹ ਸਾਰੇ ਜ਼ਿੰਮੇਵਾਰ ਨੇ। ਉਹਨਾਂ ਦੇ ਕਹਿਣ ਨਾਲ ਥੋੜੀ ਨਾ ਹੋ ਜਾਏਗਾ, ਅਸੀਂ ਆਪਣੀ ਗੱਲ ਕਹਿ ਰਹੇ ਹਾਂ, ਉਹ ਆਪਣੀ ਗੱਲ ਕਹਿ ਰਹੇ ਨੇ। ਮੈਂ ਨਹੀਂ, ਸੁਣਵਾਈ ਹੁੰਦੀ ਸੀ ਤਾਂ ਉਦੋਂ ਬਾਹਰ ਆਉਂਦੇ। ਅੱਜ ਜਦੋਂ ਸਿਆਸੀ ਤੌਰ 'ਤੇ ਜਿਹੜਾ ਉਹ ਉਹਨਾਂ ਨੂੰ ਨਜ਼ਰ ਆ ਗਿਆ ਕਿ ਹੁਣ ਸਿਆਸੀ ਭਵਿੱਖ ਨਹੀਂ ਰਿਹਾ ਇਸ ਪਾਰਟੀ ਦਾ, ਉਦੋਂ ਬਾਹਰ ਆਉਣਾ, ਅਤੇ ਕਜਾਤ ਜ਼ਿਲ੍ਹੇ ਗੁਰੂ ਗ੍ਰੰਥ ਸਾਹਿਬ 'ਤੇ ਗੁਰੂ ਦੀ ਬੇਦਬੀ ਹੁੰਦੀ ਹੈ, ਉਦੋਂ ਬਾਹਰ ਆਉਣਾ ਬੜਾ ਵੱਡਾ ਫਰਕ ਹੈ। ਫਿਰ ਉਸ ਤੋਂ ਬਾਅਦ ਉਹ ਅੱਜ ਵੀ ਹੈੱਡ ਗ੍ਰੰਥੀ ਦਰਬਾਰ ਸਾਹਿਬ ਬਣੇ ਹੈ, ਕਿਹੜਾ ਅਕਾਲ ਤਖਤ ਸਾਹਿਬ, ਉਹ ਕਿਹੜਾ ਗਿਵ ਐਂਡ ਟੇਕ ਸੀ ਜਿਹਦੇ ਨਾਲ ਉਹਨਾਂ ਨੂੰ ਇੱਥੇ ਬਰਾਬਰ ਵਾਪਸ ਰੱਖਿਆ ਗਿਆ? ਹਾਂ, ਕਦੀ ਨਹੀਂ ਬੋਲੇ। ਅੱਜ ਤਲਬ ਹੋਣੇ ਚਾਹੀਦੇ ਨੇ, ਉਹ ਸਾਰੇ ਬਰਾਬਰ ਦੇ ਦੋਸ਼ੀ ਨੇ। ਫਿਰ ਇਸ ਇੱਕ ਮੁੱਦਾ ਅੰਦਰ ਰੇਜ਼ ਕੀਤਾ ਕਿ ਜਿਹੜਾ ਕਥਿਤ ਮਾਫੀਨਾਮਾ, ਉਹਦੇ ਥੱਲੇ ਸਕੈਂਡ ਸਾਈਨ ਨੇ, ਉਹ ਲੈ ਕੇ ਕੌਣ ਆਇਆ? ਅਕਾਲ ਤਖਤ ਨਾਲ ਫਰੌਡ ਹੋਇਆ, ਹੈ ਨਾ, ਉਹ ਕਿਹਦੀ ਜੇਬ 'ਚੋਂ ਨਿਕਲਿਆ? ਨਹੀਂ, ਕਿੱਦਾਂ ਪ੍ਰੂਵ ਕਰਤਾ ਜੀ? ਪੰਥ ਨੇ ਰੱਦ ਕੀਤਾ ਅਤੇ ਉਹਨਾਂ ਨੂੰ ਰੱਦ ਕਰਨਾ ਪਿਆ, ਆਪ ਰੱਦ ਕਰਨਾ ਪਿਆ। ਫਿਰ ਦੂਜੀ ਗੱਲ ਹੈ, ਉਹਨਾਂ ਦੇ ਥੱਲੇ ਮੰਨ ਲਓ, ਮੈਂ ਕਹਿੰਦਾ ਕਿ ਪ੍ਰਦੀਪ ਕਲੇਰ ਪੰਥ ਦਾ ਸਾਰਿਆਂ ਨਾਲੋਂ ਵੱਡਾ ਦੋਖੀ ਹੈ, ਉਹਨੇ ਪਰ ਉਹਨੇ ਇਹ ਗੱਲ ਸਾਹਮਣੇ ਲਿਆਂਦੀ ਨਾ ਕਿ ਇਹ ਸਕੈਂਡ ਸਾਈਨ ਨੇ ਪੰਜਾਬੀ 'ਚ, ਮੈਂ ਚਿੱਠੀ ਤਾਂ ਹਿੰਦੀ 'ਚ ਲਿਆਇਆ ਸੀ, ਠੀਕ ਹੈ ਜੀ। ਹੁਣ ਇਹ ਗੱਲ ਸਕੈਂਡ ਸਾਈਨ, ਇਹ ਤਾਂ ਪ੍ਰੂਵ ਹੋ ਜਾਣਾ ਕਾਗਜ਼ ਇਹਨਾਂ ਕੋਲ ਅੰਦਰ ਫਾਈਲ 'ਚ ਲੱਗਾ ਪਿਆ। ਸਵਾਲ ਜਿਹੜਾ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ, ਅਕਾਲੀ ਦਲ ਉਸ ਬਾਗੀ ਘੜੇ ਦੇ ਉੱਤੇ ਸਵਾਲ ਖੜਾ ਇਹ ਕਰ ਰਿਹਾ ਕਿ ਜਿਸ ਪ੍ਰਦੀਪ ਕਲੇਰ ਦਾ ਤੁਸੀਂ ਨਾਂ ਲਿਆ, ਉਹ ਤੁਹਾਡਾ ਹੁਣ ਉਹਨੂੰ ਬੜੇ ਸਨਮਾਨ ਦੇ ਨਾਲ ਪੇਸ਼ ਕਰ ਰਿਹਾ। ਕੋਈ ਸਨਮਾਨ ਨਹੀਂ ਜੀ ਪ੍ਰਦੀਪ ਕਲੇਰ ਦਾ, ਉਹ ਵੀ ਵੱਡਾ ਗੁਨੇਗਾਰ ਹੈ, ਉਹਨੂੰ ਵੀ, ਕਿਉਂਕਿ ਉਹ ਪੰਥ ਦਾ ਹਿੱਸਾ ਨਹੀਂ, ਇਸ ਕਰਕੇ ਉਹਨੂੰ ਪੰਥ ਵਰਗੀ ਰਵਾਇਤ ਨਾਲ ਸਜ਼ਾ ਨਹੀਂ ਮਿਲ ਸਕਦੀ। ਪਰ ਇਹੋ ਜਿਹੇ ਬੰਦਿਆਂ ਦਾ ਸੋਸ਼ਲ ਬਾਈਕਾਟ ਹੋਣਾ ਚਾਹੀਦਾ, ਉਹ ਕੋਈ ਦੁੱਧ ਧੋਤਾ ਨਹੀਂ ਹੈ। ਪਰ ਜਿਹੜੀਆਂ ਗੱਲਾਂ ਉਹ ਕਹਿ ਰਿਹਾ, ਉਹ ਗੱਲਾਂ ਖੁਲਾਸੇ ਕਰ ਰਹੀਆਂ ਨੇ, ਉਹ ਗੱਲਾਂ ਦੀ ਪੜਚੋਲ ਹੋਣੀ, ਕਿਉਂਕਿ ਉਹ ਗੱਲਾਂ ਹੀ ਗੁਰਮੁਖ ਸਿੰਘ ਕਹਿ ਰਿਹਾ ਸੀ, ਠੀਕ ਹੈ ਜੀ। ਉਹੀ ਗੱਲਾਂ ਪ੍ਰਗਟ ਸਿੰਘ MLA ਕਹਿ ਰਹੇ ਨੇ ਕਿ ਫੈਸਲਾ ਹੋਣ ਤੋਂ ਪਹਿਲੇ ਸੁਖਬੀਰ ਬਾਦਲ ਅਤੇ ਡਾਕਟਰ ਚੀਮਾ ਆ ਕੇ ਕਹਿੰਦੇ ਨੇ ਕਿ ਜਿਹੜਾ ਜੀ ਅੱਜ ਸਿੰਘ ਸਾਹਿਬ ਮੰਨ ਗਏ ਨੇ, ਅਤੇ ਅੱਜ ਤਾਂ ਵਧਾਈਆਂ ਜੀ। ਇਹਦਾ ਮਤਲਬ ਹੈ ਕਿ ਸਾਰੀਆਂ ਗੱਲਾਂ ਤਾਂ ਸਾਹਮਣੇ ਆ ਹੀ ਗਈਆਂ ਨਾ,
ਤੇ ਉਹ ਸਰਕਮਸਟੈਂਸ਼ੀਅਲ ਤੇ ਸਾਰੇ ਰਲ ਰਹੇ ਨੇ। ਨਹੀਂ ਜੀ, ਵਿੱਚ ਕੱਲ ਨੂੰ ਵਿਚਾਰਾਂ ਸ਼ੁਰੂ ਹੋਣ ਗਈਆਂ ਜੀ। ਇਹ ਤੇ ਪੂਰੇ ਗਵਾਹ ਸੱਦਣੇ ਚਾਹੀਦੇ ਆ, ਜੇ ਤੇ ਕੌਮ ਚਾਹੁੰਦੀ ਹੈ ਨਾ, ਜਿਹੜੇ ਜਿਹੜੇ ਦੋਸ਼ੀ ਨੇ, ਜਿਨ੍ਹਾਂ ਜਿਨ੍ਹਾਂ ਪਰਦੇ ਪਿੱਛੇ ਕੰਮ ਕੀਤਾ, ਸਾਹਮਣੇ ਆ ਕੇ ਕੰਮ ਕੀਤਾ, ਜਵਾਬ ਪੰਥ ਨੂੰ ਜਵਾਬ ਦੇਣਾ ਪਏਗਾ। ਇਹ ਕੋਈ ਇਦਾਂ ਦਾ ਮਸਲਾ ਨਹੀਂ। ਹਾਂਜੀ, ਲਿਖਣ ਨਾਲ ਕੁਝ ਨਹੀਂ ਹੁੰਦਾ ਜੀ। ਇੱਕ ਮੁਕੱਦਮਾ ਮੇਰੇ ਤੇ ਦਾਇਰ ਹੁੰਦਾ, ਉਹ ਤੇ ਗਵਾਹੀਆਂ ਕਿੰਨੀਆਂ ਭੁਗਤੀਆਂ ਨੇ। ਅਕਾਲ ਤਖ਼ਤ ਦੇ ਪੰਥ ਦੀ ਸਾਰੀ ਕਚਹਿਰੀ ਹੈ, ਇਹਦੇ 'ਚ ਇਹਨਾਂ ਦੀ ਗਵਾਹੀਆਂ ਹੋਣੀਆਂ ਚਾਹੀਦੀਆਂ ਨੇ। ਪੰਥ ਦਾ ਇਹ ਇਲਜ਼ਾਮ ਹੈ ਕਿ ਜਿਹੜੇ ਸਿੰਘ ਸਾਹਿਬਾਨ ਨੇ ਉਹ ਇੱਕ ਪਰਿਵਾਰ ਜਾਂ ਇੱਕ ਪਾਰਟੀ ਦੇ ਅਧੀਨ ਚੱਲਦੇ ਨੇ, ਤਾਂ ਤੁਹਾਨੂੰ ਲੱਗਦਾ ਕਿ ਕੱਲ੍ਹ ਜੋ ਵੀ ਫੈਸਲਾ ਜਾਂ ਕੋਈ ਅੱਗੇ ਜਿਹੜਾ ਨਿਰਦੇਸ਼? ਇਹ ਤੇ ਜੇ ਚੱਲਣਗੇ ਤੇ ਪੰਥ ਜਿੱਥੇ ਖਲੋਤਾ ਤੇ ਖਲੋਤ, ਪਹਿਲਾਂ ਵੀ ਕਹਿੰਦਾ ਤੇ ਫਿਰ ਕਹਿਣਾ ਸ਼ੁਰੂ ਕਰ ਦੇਗਾ। ਜਥੇਦਾਰ ਅਸੀਂ ਇਕੱਲੇ ਨਹੀਂ ਆਏ, ਸਾਡੇ ਤੋਂ ਆਉਣ ਤੋਂ ਪਹਿਲਾਂ ਕਿੰਨੀਆਂ ਜਥੇਬੰਦੀਆਂ ਇੱਥੇ ਆਈਆਂ ਨੇ ਤੇ ਹੋਰ ਵੀ ਕਿੰਨੀਆਂ ਬਾਹਰ ਬੈਠੇ ਕਾਲੇ ਪਏ ਹੋਏ ਨੇ ਕਿ ਜੋ ਕੁਝ ਇੱਥੇ ਵਿਚਾਰ ਵਟਾਂਦਰਾ ਹੋਵੇ ਉਹ ਅੰਦਰ ਵੜ ਕੇ ਨਹੀਂ ਹੋਣਾ ਚਾਹੀਦਾ। ਪੰਥ ਦੀ ਕਚਹਿਰੀ ਵਿੱਚ ਪੰਥਕ ਜੁਗਤ ਮੁਤਾਬਕ ਜੋ ਸਾਡੀ ਪੁਰਾਣੀ ਜੁਗਤ ਰਹੀ ਉਹਦੇ ਮੁਤਾਬਕ ਹੋਣਾ ਚਾਹੀਦਾ। ਇੱਕ ਮਿੰਟ ਜੀ ਮੈਂ ਕਰ ਲਓ ਜੀ। ਆਪ ਜੀ ਜਾਣਦੇ ਹੋ ਕਿ ਜਦੋਂ ਵੀ ਕਿਸੇ ਜਥੇਦਾਰ ਨੇ ਕਿਸੇ ਵਿਸ਼ੇਸ਼ ਵਿਅਕਤੀ ਜਾਂ ਜਾਤ ਜਾਂ ਜਮਾਤ ਦੇ ਪ੍ਰਭਾਵ ਅਧੀਨ ਕੋਈ ਕਾਰਵਾਈ ਕੀਤੀ ਹੈ ਤਾਂ ਖਾਲਸਾ ਪੰਥ ਨੇ ਉਸ ਦਾ ਸਖ਼ਤ ਵਿਰੋਧ ਕੀਤਾ ਹੈ, ਅਯੋਗ ਠਹਿਰਾਇਆ ਹੈ। ਇਸ ਲਈ ਤਖ਼ਤਾਂ 'ਤੇ ਜਥੇਦਾਰ ਸਾਹਿਬ ਵੱਲੋਂ ਕੋਈ ਵੀ ਫੈਸਲਾ ਵਿਸ਼ਵ ਭਰ ਵਿੱਚ ਵੱਸਦੇ ਸਿੱਖ ਜਗਤ ਦੀਆਂ ਸਿੱਖ ਜਥੇਬੰਦ ਨੁਮਾਇੰਦਿਆਂ ਰਾਹੀਂ ਲਿਆ ਜਾਵੇ। ਇਸ ਕਰਕੇ ਬਿਲਕੁਲ ਅਸੀਂ ਸਪਸ਼ਟ ਕੀਤਾ ਕਿ ਪਿੱਛੇ ਇਕੱਲੇ ਕਰੋਗੇ ਤਾਂ ਪੰਥ ਪਹਿਲਾਂ ਰੱਦ ਕਰ ਚੁੱਕਾ ਹੈ। ਇਸ ਕਰਕੇ ਪੰਥ ਉਹ ਨਹੀਂ ਹੈ ਕਿ ਅੱਖਾਂ ਬੰਦ ਕਰਕੇ ਕੋਈ ਮੰਨਣ ਵਾਲੀਆਂ ਜਮਾਤ ਸਾਡੇ ਕੋਲ ਨਹੀਂ ਹੈ। ਅਸੀਂ ਉਹ ਤੱਤ ਗੁਰਮਤਿ ਦੀ ਜਿਹੜੀ ਪਹਿਰੇਦਾਰੀ ਹੈ ਉਹਦੇ ਲਈ ਸਾਰੇ ਜਾਗਰੂਕ ਸਿੱਖ ਅੱਗੇ ਆ ਚੁੱਕੇ ਹੋਏ ਨੇ। ਦੇਖੋ ਇੱਦਾਂ ਹੈ ਕਿ ਅਸੀਂ ਤਾਂ ਇਹ ਕਹਿ ਕੇ ਆਏ ਹਾਂ ਕਿ ਨੁਮਾਇੰਦਾ ਜਥੇਬੰਦੀਆਂ ਦਾ ਇਕੱਠ ਕਰੋ। ਉਹਨਾਂ ਨੇ ਇਹ ਕਿਹਾ ਕਿ ਬਿਲਕੁਲ ਅਸੀਂ ਆਪਣੀ ਜਿਹੜੀ ਪੰਥ ਦੀ ਪੁਰਾਣੀ ਰਵਾਇਤ ਹੈ ਉਹਨੂੰ ਅਸੀਂ ਦੁਬਾਰਾ ਸੁਰਜੀਵ ਕਰਾਂਗੇ। ਦੈਟਸ ਇਟ। ਇਹਦਾ ਮਤਲਬ ਹੈ ਕਿ ਕੱਲ੍ਹ ਫੈਸਲਾ ਨਹੀਂ ਹੋ ਰਿਹਾ, ਉਹ ਪੰਥ ਦੀਆਂ ਨੁਮਾਇੰਦਾ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਬੁਲਾਉਣਗੇ।